रिंग रोड का रौला पै गया, नौजवानों ने स्टेज से कब्जा कर लिया के असी अंदर जाके ही परेड करांगे। सतनाम सिंह पन्नू हुण इत्थों अनाउंसमेंट कर रहे। रौला पै गया, नौजवानों ने स्टेज ते आके कब्जा कर लिया। चली जाते समागम के उत्ते जिहड़ा हैगा इक तरह का, ते हुण अंदर तक आके बह गया कि असी रिंग रोड ते ही जिहड़ा हैगा अंदर जाणा। इस वक्त का जिहड़ा संयुक्त मोर्चे मार्च करने शांति रखियो, शांति रखियो, शांति नाल जावांगे। इधर एक बारी और गल सुन लियो,
ਛਾਤੀ ਨਾਲ ਜਾਵਾਂਗੇ ਜਾਂ ਛੱਡ ਸਿੱਪੜ ਨਾਲ ਜਾਵਾਂਗੇ ਟੋਤਰਾ ਜਾਵਾਂਗੇ ਆਪਣੀ ਮਰਜ਼ੀ ਦੇ ਮਾਲਕ ਅਸੀਂ ਆਪਣੀ ਮਰਜ਼ੀ ਨਾਲ ਜਾਵਾਂਗੇ ਆਪਣੀ ਮਰਜ਼ੀ ਨਾਲ ਆਵਾਂਗੇ ਆ ਸਾਡੇ ਸੂਬੇ ਦੇ ਹੈਗੇ ਆ ਸੰਕਲਪ 71 बहुत वड्डी और एदे नाल जो दे होश भी सानू कायम रखनी पैनी आ अज तुहाडे ते सुनियो गल बैठ जो मेरे वीर जेड़े अंदोलन दे विच आए बैठ जो अंदोलन सिरे लाने समझिया करनी बैठ जो किसान मजदूर मुलाजम विद्यार्थी दुकानदार सुनियो मेरी गल खास करके जेड़े साडे नौजवान आए आ पूरी दुनिया दे विचों देश दे विचों तुहाडा इन्ना क सूबा वा पंजाब अपना ओनू चार घंटे तो जेड़ी नुक्कर तो मर्जी पैजो पार कर लैंदा कि नहीं चौ घंटिया दे विच पार हो जांदा वा पर तुहाडे निक्के जे सूबे नू मानता पता कितनी मिल गई जे देश दे विच विदेश दे विच पूरी दुनिया दे विच वड्डे भरा दी मानता मिली है वड्डे भरा दी सत श्री अकाल हुण वड्डे भरा दे फर्ज की है भला वड्डे भरा दे फर्ज की है जो बापू चले जावे ते वड्डे बेटे नू पग बचे ओदा मतलब की हुंदा भला ओदा मतलब ए हुंदा वा कि भाई तू संसार दे विच रिश्तेदारां भैणां भरावां दे विच बापू दी पग उची रखनी अपना बापू कौन भला धन श्री गुरु गोबिंद सिंह जी बाजा वाले बापू दी पग वा तुहाडे सिर ते बैठ जो बाजा वाले बापू दी पग साडे सिर ते असीं उहदे जुझार वा असीं उहदे जोरावर वा ਅਸੀਂ ਉਹਦੇ ਫਤਿਹ ਸਿੰਘ ਵਾ ਅਸੀਂ ਉਹਦੇ ਅਜੀਤ ਸਿੰਘ ਵਾ ਪਰ ਅਜੀਤ ਸਿੰਘ ਵਾਂਗੂ ਜੁਝਾਰ ਸਿੰਘ ਵਾਂਗੂ ਜੋਰਾਵਰ ਸਿੰਘ ਵਾਂਗੂ ਫਤਿਹ ਸਿੰਘ ਵਾਂਗੂ ਹੁਕਮ ਮੰਨਣਾ ਫਰਜ਼ ਬਣਦਾ ਕਿ ਨਹੀਂ ਬਣਦਾ ਮੰਨਣਾ ਚਾਹੀਦਾ ਨਾ ਤੁਹਾਨੂੰ ਇੰਨਾ ਵਿਸ਼ਵਾਸ ਆ ਵੀ ਸੂਬਾ ਪ੍ਰਧਾਨ ਜੀ ਨੇ ਐਲਾਨ ਕੀਤਾ ਵੀ ਆਪਾਂ ਉਸ ਗੱਲ ਤੇ ਕਾਇਮ ਆ ਜਿਹੜੀ 17 ਜਨਵਰੀ ਨੂੰ ਸੰਯੁਕਤ ਮੋਰਚੇ ਦਾ ਫੈਸਲਾ ਸੀ ਵੀ ਰਿੰਗ ਰੋਡ ਤੇ ਪਰੇਡ ਹੋਊਗੀ ਪਰ ਰਿੰਗ ਰੋਡ ਦਾ ਮਤਲਬ ਪਤਾ ਕੀ ਜੇ ਕਿਤੇ ਆਪਾਂ ਐ ਸ਼ਾਂਤ ਮਾਹੌਲ ਬਣਾ ਕੇ ਇਸ ਮੋਦੀ ਸਰਕਾਰ ਦਾ ਦਿੱਲੀ ਦੀ ਪੁਲਿਸ ਦਾ ਉਹਨਾਂ ਦੀਆਂ ਫੋਰਸਾਂ ਦਾ ਪੈਰਾਮਿਲਟਰੀ ਦਾ CRPF ਦਾ ਆਪਾਂ ਤਸ਼ੱਦਦ ਆਪਣੇ ਪਿੰਡਿਆਂ ਦੇ ਖਿੜੇ ਮੱਥੇ ਝੱਲ ਲਿਆ ਇੱਕ ਇੱਕ ਡਾਂਗ ਮੈਂ ਕਹਿੰਦਾ ਸਾਡੇ ਵੱਜੀ ਇਹਨਾਂ ਬਿੱਲਾਂ ਨੂੰ ਪਰ ਜੇ ਕਿਤੇ ਸਾਡੇ ਵੱਲੋਂ ਐ ਹੋ ਗਈ ਉਹ ਸਾਡਾ ਇਹ ਅੰਦੋਲਨ ਸਦੀਆਂ ਪਿੱਛੇ ਲੈ ਜੂ ਸਦੀਆਂ ਪੀੜੀਆਂ ਦੀ ਗੁਲਾਮੀ ਗੱਲ ਪੈਣੀ ਜੇ ਵੱਡੇ ਭਰਾ ਦਾ ਰੋਲ ਪਲੇ ਕਰਨਾ ਮਤਲਬ ਪੂਰੇ ਦੇਸ਼ ਦੀ ਧਰਤੀ ਬਚਾਉਣੀ ਆ ਪੂਰੇ ਦੇਸ਼ ਦੇ ਵਿੱਚ 135 ਕਰੋੜ ਭਾਰਤੀਆਂ ਦੀ ਜਿਹੜੀ ਮੌਤ ਦੇ ਵਰੰਟੋ ਦੇ ਸਹਿਨ ਕਰਦੇ ਮੋਦੀ ਨੇ ਉਤਪਾਦਨ ਕਰਤਾ ਵੀ ਮਰਨਾ ਖਪਤਕਾਰ ਵੀ ਮਰਨਾ ਇਹਨਾਂ ਬਿੱਲਾਂ ਨਾਲ ਸਾਡੀ ਇਹ ਜਾਨ ਮੁੱਠੀ ਦੇ ਵਿੱਚ ਆ ਜਾਣੀ ਆ ਜਦੋਂ ਸਾਰਾ ਕਿ ਜੇ ਬਚਾਉਣਾ ਵਾ ਤੇ ਸਾਨੂੰ ਫਿਰ ਦਿਮਾਗ ਤੇ ਇਤਪਾਕ ਕਾਇਮ ਰੱਖਣਾ ਚਾਹੀਦਾ ਕਿ ਨਹੀਂ ਚਾਹੀਦਾ
बिल्कुल आगू अगे आउणगे, एक लेयर पहला आगुआ दी होगी, दूजी लेयर फिर आगुआ दी होगी, जो तीजी लेयर दे जा रहा वा अज ओहदे विच जिहड़े आए बैठे आ ना इन्हां दीआं कईआं दीआं जे पूरी तरह वधाईआं नहीं मां पुत्तां ने कदों लईआं गईआं, असीं मरवाउण वास्ते नहीं रखे भला, समझ लिओ पहला आप मरांगे अगे जावांगे तुहाडे इलाके, जे तुसीं जाबता रखिआ ते बिल तां रद्द होए पए यारो। ਹੁਣ ਸਰਕਾਰ ਦੀ ਜਿਹੜੀ ਵੱਖੀ ਜਪੀੜ ਹੋ ਰਹੀ ਸਰਕਾਰ ਪਿੱਛੇ ਨੂੰ ਜਾ ਰਹੀ ਆ, ਉਹ ਬਿੱਲਾਂ ਦਾ ਕਰਕੇ ਨਹੀਂ ਜਾ ਰਹੀ, ਕਿਉਂਕਿ 15 ਸਾਲਾਂ ਤੋਂ 92-94% ਪੂਰੇ ਦੇਸ਼ ਦੀ ਲੁੱਟੀ ਹੋਈ ਫਸਲ ਜਿਹਦਾ 45 ਲੱਖ ਕਰੋੜ ਰੁਪਇਆ ਬਣਦਾ ਵਾ ਉਹਦੀ ਡਿਮਾਂਡ ਉੱਠ ਗਈ ਪੂਰੇ ਦੇਸ਼ ਦੇ ਵਿੱਚ, ਸਰਕਾਰ ਪੂਰੇ ਦੇਸ਼ ਵਿੱਚ MSP ਲਾਗੂ ਕਰਨ ਤੋਂ ਭੱਜ ਰਹੀ ਆ, ਇਸ ਕਰਕੇ ਇਹਨਾਂ ਬਿੱਲਾਂ ਤੇ ਦੇਰ ਹੋ ਰਹੀ ਆ। ਚਿੰਤਾ ਨਾ ਕਰਿਓ, ਬਿੱਲ ਅੱਜ ਵੀ ਰੱਦ, ਬਿੱਲ ਕੱਲ ਵੀ ਰੱਦ, ਬਿੱਲ 6 ਮਹੀਨੇ ਹੋਰ ਰੱਦ ਨਾ ਕਰਨ, ਇਹਨਾਂ ਰੱਦੀ ਵਾਲੀ ਟੋਕਰੀ ਦਾ ਸ਼ਿਕਾਰ ਬਣਨਾ ਜੇ, ਪਰ ਤੁਹਾਡੇ ਜਾਬਤੇ ਦੀਆਂ ਪਰਖਾਂ ਹੋ ਰਹੀਆਂ ਜੇ, ਅੱਜ 61 ਦਿਨ ਹੋ ਗਏ, 61 ਦਿਨ ਤੁਸੀਂ ਜਿੰਦਾ ਦਾ ਸਬਰ ਵਿਖਾਇਆ, ਜਿੰਦਾ ਦਾ ਬਹੁਤ ਧਮਲ ਵਿਖਾਇਆ, ਅਨੁਸ਼ਾਸਨ ਵਿਖਾਇਆ, ਜੇ ਇਹ ਸਬਰ ਇਹ ਅਨੁਸ਼ਾਸਨ ਕਾਇਮ ਰੱਖਿਆ ਬਾਅਦ ਨਾ ਤੁਹਾਨੂੰ ਕਹਿੰਦੇ ਜਿੰਨਾ ਮਰਜ਼ੀ ਮੋਦੀ ਜਬਰ ਕਰ ਲੈ ਜਿੱਤ ਤੁਹਾਡੀ ਹੋਣੀ ਆ। ਇਸ ਗੱਲ ਤੇ ਸਹਿਮਤੀ ਆ ਤੁਹਾਡੀ ਵੀ, ਅੱਗੇ ਆਗੂ ਟੀਮ, ਉਦੋਂ ਪਿੱਛੇ ਫਿਰ ਦੂਜੀ ਲਹਿਰ ਚਾਗੂ ਟੀਮ, ਤੁਸੀਂ ਅਗਵਾਈ ਤੁਹਾਡੀ ਸਹਿਮਤੀ ਆ ਭਲਾ, ਜੇ ਸਹਿਮਤੀ ਆ ਤੇ ਇੱਕ ਇੱਕ ਬਾਂਹ ਖੜੀ ਹੋਣੀ ਚਾਹੀਦੀ ਆ। ਹੁਣ ਆਪੋ ਆਪਣੀਆਂ ਟਿਕਾਣਿਆਂ ਤੇ ਆਰਾਮ ਕਰੋ, ਆਪਾਂ ਆਪੋ ਆਪਣੇ ਟਿਕਾਣਿਆਂ ਤੇ ਆਰਾਮ ਕਰੋ, ਆਪਾਂ 8 ਵਜੇ ਤਿਆਰੀ ਸ਼ੁਰੂ ਕਰਨੀ, ਟ੍ਰੈਕਟਰ ਸ਼ਿੰਗਾਰੇ ਪਏ ਆ, ਉਦੋਂ ਬਾਅਦ ਸਾਨੂੰ ਤੁਰਨ ਲੱਗਿਆ ਲੱਗ ਜਾ ਅੱਧਾ ਘੰਟਾ, ਤੁਰਨ ਲੱਗਿਆ ਲੱਗ ਜਾ ਘੰਟਾ, ਜਦੋਂ ਆਗੂ ਟੀਮ ਅੱਗੋਂ ਰਵਾਨਗੀ ਦਾ ਬਿਗਮ ਜਾਊ ਆਪਾਂ ਵੀਰਾਂ ਤੋਂ ਅੱਗੇ ਪਿੱਛੇ ਜਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਐਲਾਨ ਕਰ ਦਿੱਤਾ ਆ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਐਲਾਨ ਕਰਤਾ ਵੀ ਨੌਜਵਾਨਾਂ ਦੀ ਸਹਿਮਤੀ ਨਾਲ ਵੀ ਅਸੀਂ ਰਿੰਗ ਰੋਡ ਦੇ ਵਿੱਚ ਜਾਵਾਂਗੇ, ਅਸੀਂ ਆਪਣਾ ਜਿਹੜਾ ਸੰਘਰਸ਼ ਆ ਰਿੰਗ ਰੋਡ ਦੇ ਅੰਦਰ ਕਰਾਂਗੇ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਐਲਾਨ ਕਰ ਦਿੱਤਾ, ਖਿੱਚ ਲੈ ਵੀਰੇ, ਖਿੱਚ ਲੈ ਨੂੰ, ਖਿੱਚ ਲੈ ਜ਼ਰੂਰੀ ਆ। ਸਾਹਬਰਾ ਸਾਹਿਬ ਮੇਰੇ ਨਾਲ ਨੇ, ਸਾਹਬਰਾ ਸਾਹਿਬ ਕੱਲ ਨੂੰ ਕਿੰਨੇ ਵਜੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਇੱਥੋਂ ਚੱਲੇ ਪਾਊਗੀ? ਵੇਖੋ ਜੀ, ਸਾਡਾ ਉਹ ਪਹਿਲਾਂ ਵਾਲਾ ਫੈਸਲਾ ਟੱਲ ਵਾ, ਜੋ 17 ਜਥੇਬੰਦੀਆਂ ਨੇ ਆਪਣਾ 17 ਜਨਵਰੀ ਨੂੰ ਐਲਾਨ ਹੋਇਆ ਸੀਗਾ ਉਹਦੇ ਹੀ ਅਟਲ ਵਾ, ਉਹਦੇ ਮੁਤਾਬਕ ਅਸੀਂ 8 ਵਜੇ ਇੱਥੋਂ ਰਵਾਨਗੀ ਵਾਸਤੇ ਤਿਆਰੀ ਕਰਾਂਗੇ, ਸਾਨੂੰ ਤੁਰਦਿਆਂ ਘੰਟਾ ਲੱਗ ਜੇ, ਅੱਧਾ ਘੰਟਾ ਲੱਗ ਜੇ, ਸ਼ਾਂਤਮਈ ਤਰੀਕੇ ਨਾਲ ਇੱਥੋਂ ਕਾਫਲੇ ਲੈ ਕੇ ਤੁਰਾਂਗੇ, ਅਸੀਂ ਟਰੈਕਟਰ ਮਾਰਚ ਵਾਸਤੇ ਸ਼ਾਂਤਮਈ ਤੁਰਾਂਗੇ, ਉਹਦੇ ਵਾਸਤੇ ਸਰਕਾਰ ਦਾ ਕੋਈ ਵੀ ਜਬਰ ਕੋਈ ਵੀ ਤਸ਼ੱਦਦ ਖਿੜੇ ਮੱਥੇ ਹੀ ਚੱਲਾਂਗੇ, ਉਹਦੇ ਵਾਸਤੇ ਅਸੀਂ ਆਪਣੇ ਮਨ ਨਾਲੇ ਕਹਿ ਰਹੇ ਹਾਂ ਵੀ ਪੂਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਨੂੰ ਅਪੀਲ ਆ ਵੀ ਸ਼ਾਂਤੀ ਬਣਾਈ ਰੱਖਿਓ। ਦਿੱਲੀ ਦੇ ਅੰਦਰ ਹੋਊਗੀ ਜੀ ਪਰੇਡ? ਬਿਲਕੁਲ ਜੀ ਬਿਲਕੁਲ, ਦਿੱਲੀ ਦੇ ਅੰਦਰ ਦਾ ਹੀ ਐਲਾਨ ਹੈ। ਇੱਕ ਜਿਹੜਾ ਹੈਗਾ ਤੁਹਾਡੇ ਸਾਹਮਣੇ ਆ ਕਿ ਦਿੱਲੀ ਦੇ ਅੰਦਰ ਜਿਹੜੀ ਪਰੇਡ ਹੋਊਗੀ, ਇਹ ਨੌਜਵਾਨ ਆਏ ਸੀਗੇ ਉਧਰਲੇ ਪਾਸੋਂ, ਲਗਾਤਾਰ ਡਿਮਾਂਡ ਸੀ ਸਵੇਰ ਦੀ ਨੌਜਵਾਨਾਂ ਦੀ ਕਿ ਅਸੀਂ ਪਿੰਡਾਂ ਦੇ ਵਿੱਚੋਂ ਟਰੈਕਟਰ ਟਰਾਲੀਆਂ ਲੈ ਕੇ ਆਏ ਹਾਂ ਤੇ ਅਸੀਂ ਜਿਹੜਾ ਬਾਹਰ ਰਿੰਗ ਰੋਡ ਤੇ ਪਰੇਡ ਨਹੀਂ ਕਰਨਾ ਚਾਹੁੰਦੇ, ਅਸੀਂ ਅੰਦਰ ਕਰਨਾ ਚਾਹੁੰਦੇ ਹਾਂ। ਤਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਐਲਾਨ ਕਰ ਦਿੱਤਾ ਆਫੀਸ਼ਲੀ। ਮੇਰੇ ਨਾਲ ਸੀਗੇ ਸਾਹਬਰਾ ਸਾਹਿਬ,
ਮਾਉਣਾ ਵੀ ਗੱਲਬਾਤ ਕਰਾਉਣਾ ਕਿ ਕੱਲ ਨੂੰ ਦਿੱਲੀ ਦੇ ਅੰਦਰ ਪਰੇਡ ਹੋਊਗੀ ਸਵੇਰੇ 8 ਵਜੇ ਇੱਥੋਂ ਰਵਾਨਗੀ ਪਾਈ ਜਾਊਗੀ ਕਿਉਂਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸਭ ਤੋਂ ਪਹਿਲਾਂ ਬੈਠੀ ਹੋਈ ਹੈ ਇਸ ਜਗ੍ਹਾ ਦੇ ਉੱਪਰ ਅਤੇ ਜਿਹੜਾ ਇਸ ਜਗ੍ਹਾ ਦੇ ਉੱਪਰ ਸਾਡਾ ਰੋਸ ਜੈ ਸੀ ਮੈਂ ਪਹਿਲਾਂ ਕਹਿਤਾ ਸੀ ਸੱਚ ਦਾ ਸੱਚ ਉਹ ਝੂਠ ਦਾ ਝੂਠ ਇਹ ਸਵੇਰ ਦਾ ਐਲਾਨ ਕੀਤਾ ਇਹਨਾਂ ਨੇ ਉਹ ਮੈਂ ਸਵੇਰੇ ਕਿਹਾ ਸੀ बिल्कुल शांतिपूर्ण तरीके ना किया जाएगा बिल्कुल डिसिप्लिन अनुशासन ना किया जाएगा असि अगे आवे साडे जथे अगे आवणगे साडे वॉलंटियर अगे आवणगे बिल्कुल शांतिपूर्ण तरीके ना होगा ट्रैक्टर की गिनती जिन्नी भी होगी सारे खड़ा समान ट्रैक्टर होट करके फिर मैं इस वक्त की वही खबर है जेड़ा हांजी की हाल है भाई ठीक हो भाई सो हांजी हांजी इस वक्त मेरे ना बूट किसी तरीके आ गया बापू हाँ जी चलो मेहरबानी मैं इधर नहीं लंघ जाना सो इस वक्त धन्यवाद बापू कोई गल नहीं मिलता है ना सो इत्थे मेरे बूट रह गए आयो रब्बा सो इस वक्त की वड्डी खबर आके जड़ा है दिल्ली के अंदर परेड की जाऊगी नौजवान ने आके स्टेज ही घेर ली से इस वक्त जड़ा तुसी देखा है होर जी ठीक ठाक हो तरत ठीक है जी मेहरबानी जी सो लगातार इत्थे दूसरे पासे हुण मीडिया का जमावड़ा जड़ा है किसान मजदूर संघर्ष कमेटी वल मुड़ चुका है लगातार भाई मैं माड़ा नगर दे इधरले पासे जड़ा है स्टेज दी तस्वीर ने मैं गलबात सबरा सामना तो नहीं कराई दी है उस तो बिना एक सेकंड रुको मैं गल ही करा दा अपनी जी जिहड़ा हैगा सवरन सिंह भंदेर नाल की दिल्ली पुलिस ने दोबारा गलबात करने की कोशिश की किसान मजदूर संघर्ष कमेटी ने हुण 5 बजे तो बाद होई है लाइव चल रहे हो 1 मिनट जुत्ती लब ले कोई नहीं बापू माड़ा इस दे सो इत रौला पै गया जुत्तियां का जुत्तियां मेरी भी हथे आ गई कोई ऐ करो आही पालो कुछ नहीं होंगे किसी दिन सो इत जड़ा है एक वक्त जड़ा है राम रौला पै गया भाई पर ठीक हो गया हाँ तो सो देखा जाए तो बहुत वड्डा इस वक्त की खबर है कि उस तो बिना मैं गलबात करावे सवरन सिंह भंदेर नाल भी जिहड़ा मैं तुहानूं लगातार सवेर दा कह रहा सीगा कि एक मिनट हुण जिहड़ा दो धारां हैगियां असल दे विच रौला की सी मैं तुहानूं उहदे बारे दस दिया लीडरां नूं 7 जाणा चाहीदा हां किसान मजदूर संघर्ष कमेटी ने ऐलान कर दिता है कि साडे लीडर पहली लाइन दे विच मेन जिहड़े पंजाब दे आगू आ उस तो बाद दूजी लेन दे विच भी जिहड़े सूबे जिहड़े जिलियां दे आगू ओह तीजी लेन दे विच लोग होणगे इस वक्त की आप की इस वक्त पुलिस दीआं तैयारियां उहदे बारे भी तुहानूं मैं दिखाउणा इस वक्त जिहड़ा मैं जिहड़ा खड़ा जिथे संयुक्त मोर्चे दी हैगी आ की ओह बेरीअर चुके गए आ जां जिहड़े बेरीअर नहीं चुके गए उहनां बेरीअरां दे कोले मैं तुहानूं जा के दिखाउणा असल दे विच होया की रौला कहदा पै गया नौजवानां ने क्यों कब्जा कर लिया के स्टेज ते उहदा कारण ही सीगा क्योंकि संयुक्त मोर्चे ने जिहड़ा ऐलान तां कीता सीगा कि अंदर जाके परेड करांगे पर उस तों बाद जिहड़ा गल इह होगी कि जिहड़ा शिंगू हैगा इत्थों दिल्ली दे अंदर जाण दी बजाए रिंग रोड दे उत्तों 14 किलोमीटर अंदर दिल्ली नूं टच करके आउण दा रूट उहनां ने देता जिहदा कि लगातार सवेर तों ठंडी मिठी आवाज दे विच जिहड़ा हैगा विरोध हो रहा सीगा कि अंदर जाना है तां ज्यों ही किसान संघर्ष कमेटी ने 5 बजे पहला 2 बजे ऐलान किया कि असीं अंदर जावांगे फिर पुलिस ने उन्हां नूं सद लिया जिहड़ा हैगा लगी हुई है 4-5 एंटी राइट जिहड़े दस्ते उह सरगर्म ने इस वक्त पूरे ठीक आ उहदे अगे जिहड़े हैगे आ टेढ़े करके ट्रक लाए हुए आ सो इधरले पासों राह
असल दे विच जिहड़ा हैगा कनैक्शन इत्थे वीक हो जांदा तां इह जिहड़े मैं चलो जिन्ने क हैगे आ भरा देखी जाओ नाल नाल शेयर करी जाओ आ ट्रक पहली लेयर ट्रकां दी दूजी लेयर तीन लेयर यह बिल्कुल टेढ़े सुटे हुए कैंटर आ कंटेनर आ जिन्हां दे थले टायर भी नहीं गए हुण नौजवानां वास्ते वड्डा चैलेंज होऊगा सवेरे की इन्हां नूं तोड़ के जिहड़े ओह अंदर जाणगे जां नहीं जाणगे हुण किसान संघर्ष कमेटी ने ऐलान कर दिता कि असीं अंदर जावांगे असल दे विच इत्थे दो बदलवें रूट है यह भी मैं तुहानूं दस दिआं एक तां संयुक्त मोर्चा है ਇੱਥੋਂ ਸਿੱਧਾ ਜਾਂਦਾ ਸੀ ਜਿਹਦੇ ਮੂਹਰੇ ਇਹ ਬਹੁਤ ਵੱਡਾ ਮੈਂ ਕਹਿਣਾ ਇਹਨੂੰ ਤੋੜਦੇ ਤੋੜਦੇ ਨੂੰ ਵੀ ਘੱਟੋ ਘੱਟ 3-4 ਘੰਟੇ ਲੱਗ ਜਾਣੇ ਜੇ ਕਿਤੇ ਨੌਜਵਾਨ ਇੱਧਰ ਨੂੰ ਅੱਗੇ ਵਧਣ ਲੱਗ ਗਏ ਅਸਲ ਦੇ ਵਿੱਚ ਇੱਕ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਟਰੈਕਟਰ ਇੱਧਰਲੇ ਪਾਸੇ ਆ ਜਦੋਂ ਮੈਂ ਦਿਖਾਉਣਾ ਮਤਲਬ ਇਹ ਡਾਇਰੈਕਸ਼ਨ ਦਿਖਾਉਣਾ ਉੱਥੋਂ ਜਿਹੜਾ ਹੈਗਾ ਉਹਨਾਂ ਨੂੰ ਬੈਰੀਅਰ ਪੱਟਣੇ ਥੋੜ੍ਹੇ ਜਿਹੇ ਇਹਦੇ ਨਾਲ ਸੌਖੇ ਆ ਹਾਂਜੀ ਹਾਂਜੀ ਕੋਟਲੀ ਕੀ ਹਾਲ ਆ ਬਈ ਠੀਕ ਹੋ ਕਿਹੜਾ ਪਿੰਡ ਆ ਬਾਂਗਾ ਦਾ ਕਿਹੜਾ ਪਿੰਡ ਹੈ ਨਕੋਦਰ ਲਓ ਵੀ ਨਕੋਦਰ ਵਾਲੇ ਲਾਈਵ ਆ ਸਿੱਧੇ ਚੱਲੀ ਜਾਂਦੇ ਠੀਕ ਆ ਜਾਉਂਦੇ ਰਹੋ ਜਾਉਂਦੇ ਰਹੋ ਭਰਾਵੋ ਆ ਗੁਰਪ੍ਰੀਤ ਕੋਟਲੀ ਆ ਬਾਈ ਨੂੰ ਪਤਾ ਉਹ ਦੱਸ ਦੂਗਾ ਤੈਨੂੰ ਮੁੰਡਾ ਹਾਂ ਗੁਰਪ੍ਰੀਤ ਕੋਟਲੀ ਸੋ ਇੱਥੇ ਚਲੋ ਧੰਨਵਾਦ ਇੱਧਰਲੇ ਪਾਸੇ ਉਦੋਂ ਬਿਨਾਂ ਜਿਹੜੀਆਂ ਇੱਥੇ ਗੁਰੂ ਇਹ ਜਿਹੜੇ ਬੈਰੀਅਰ ਲੱਗੇ ਆ ਉੱਥੇ ਗੁਰੂ ਦੀਆਂ ਲਾੜਲੀਆਂ ਫੌਜਾਂ ਗੁਰੂ ਦੀਆਂ ਲਾੜਲੀਆਂ ਫੌਜਾਂ ਦਾ ਕੀ ਹੈ ਅੱਜ ਮੈਂ ਇਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਾ ਕਿ ਕੀ ਉਹ ਅੱਗੇ ਜਾਣਗੇ ਕੀ ਉਹ ਇੱਥੋਂ ਜਿਹੜਾ ਹੈਗਾ ਸੰਯੁਕਤ ਮੋਰਚੇ ਦੀ ਕੌਲ ਨੂੰ ਅਸੈਪਟ ਕਰਨਗੇ ਜਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆ ਜਿਹੜੀ ਉਹਨਾਂ ਦੀ ਕੌਲ ਆ ਉਹਨੂੰ ਅਸੈਪਟ ਕਰਨਗੇ ਕੀ ਹੋਊਗਾ ਇਹਦੇ ਬਾਰੇ ਵੀ ਮੈਂ ਥੋੜ੍ਹੀ ਗੱਲ ਕਲੀਅਰ ਕਰਨ ਦੀ ਕੋਸ਼ਿਸ਼ ਕਰਦਾ ਪਰ ਜਿਸ ਤਰ੍ਹਾਂ ਗੁਰੂ ਦੀਆਂ ਲਾੜਲੀਆਂ ਫੌਜਾਂ ਨੇ ਟਰੈਕਟਰ ਸੰਘਾਰੇ ਹੋਇਆ ਮੈਨੂੰ ਲੱਗਦਾ ਇਹ ਅੱਗੇ ਹੀ ਦਿੱਲੀ ਦੇ ਅੰਦਰ ਹੀ ਜਾਣ ਦੀ ਕੋਸ਼ਿਸ਼ ਕਰਨਗੇ ਲਗਾਤਾਰ ਮੀਡੀਆ ਇੰਟਰੈਕਸ਼ਨ ਹੈਗੀਆਂ ਬਾਈ ਮਾੜਾ ਜਿਹਾ ਕਿਤੇ ਘੋੜੇ ਤੋਂ ਨਾ ਦਲਤਾ ਮਾੜਾ ਨਹੀਂ ਚੰਗਾ ਮੈਂ ਤੜਕੇ 'ਚ ਲਾਈਵ ਕਰਨਾ ਸੋ ਮੈਂ ਦੇਖ ਰਿਹਾ ਬੇ ਬਾਈ ਫੜ ਕੇ ਘੋੜਾ ਯਾਰੀ ਆ ਤੇਰਾ ਨਾ ਉਹ ਭੈਂਚੋ ਚੱਬਾ ਗਾਲ ਹੀ ਨਿਕਲ ਗਈ ਕੋਈ ਨਹੀਂ ਭਰਾਵੋ ਘੋੜੇ ਨਾਲ ਖਿੱਚ ਦੇਣਾ ਸੀ ਕੰਮ ਹਜੇ ਤਾਂ ਤੁਸੀਂ ਬਾਈ ਮਾੜਾ ਲੰਘਣ ਦੇ ਵਾਹਿਗੁਰੂ ਰੱਬਾ ਦਲਤਾ ਨਾ ਮਾਰੀ ਚੰਗਾ ਉਹ ਪਰੇ ਹੋ ਜਾ ਇਹ ਰੇਂਜ 'ਚ ਹੀ ਖੜੇ ਹਾਂ ਇੱਕ ਮਿੰਟ ਜਿਹੜੇ ਮੈਨੂੰ ਇੱਕ ਮੈਂ ਪੁੱਛਣਾ ਸੀਗਾ ਬਾਪੂ ਜੀ ਬਾਈ ਸੋਰੀ ਤੇ ਇੱਥੇ ਜਿਹੜੇ ਆਪਣੇ ਮੁਖੀ ਕੌਣ ਨੇ ਇੱਥੇ ਜਿਹੜੇ ਹੈਗੇ ਤੇਰੇ ਬਾਪੂ ਮਾਂ ਜੀ ਮੈਨੂੰ ਇੱਕ ਗੱਲ ਇਹ ਦੱਸੋਗੇ ਤੁਹਾਨੂੰ ਕੋਈ ਪਤਾ ਵੀ ਮੈਨੂੰ ਨਹੀਂ ਕੁਝ ਹੀ ਪਤਾ ਕੋਈ ਨਹੀਂ ਫਿਰ ਉਹ ਕੌਣ ਗੱਲ ਕਰ ਰਿਹਾ ਅਜੇ ਤਾਂ ਇੱਥੇ ਮੈਂ ਉਧਰਲੇ ਪਾਸੇ ਬਾਬਿਆਂ ਨਾਲ ਗੱਲ ਕਰਦਾ ਜਿਹੜੇ ਉਹ ਤੂੰ ਅੱਗੇ ਨਿਖਾ ਗਿਆ ਸੀ ਮੈਨੂੰ ਬੜਾ ਹੀ ਆ ਬਣੂ ਖੜਾ ਰਹਿੰਦਾ ਲਾਈਵ ਕਰਨਾ ਕਿਹੜਾ ਸੌਖਾ ਹੀ ਯਾਰ ਹੋਰ ਯਾਰ ਸੋ ਭਰਾਵਾ ਔਖਾ ਬਹੁਤ ਹੈ ਘੋੜੇ ਨੇ ਚੱਬਾ ਭਰ ਲੈਣਾ ਸੀਗਾ ਬੜੇ ਸਿਆਪੇ ਨੂੰ ਖੜੇ ਸੀਗੇ ਮੈਂ ਇਹਨਾਂ ਨਾਲ ਗੱਲ ਕਰਦਾ ਬਾਪੂ ਜੀ ਆਪਣਾ ਟਰੈਕਟਰ ਆ ਇਹ ਤੇ ਕੱਲ ਨੂੰ ਜਿਹੜਾ ਹੈਗਾ ਜਿਹੜਾ ਦਿੱਲੀ ਦੇ ਅੰਦਰ ਜਾਣ ਦੀਆਂ ਤਿਆਰੀਆਂ ਮਤਲਬ ਕਿ ਤੁਸੀਂ ਜਿਹੜਾ ਹੈਗਾ ਇਹ ਰਾਹ ਜਾਓਗੇ ਤੇ ਪਿੱਛੇ ਨੂੰ ਜਾਓਗੇ ਅਸੀਂ ਨਾ ਜੋ ਰਸਤਾ 32 ਕਿਸਾਨ ਜਥੇਬੰਦੀਆਂ ਜਾਂ ਸੰਯੁਕਤ ਮੋਰਚਾ ਹੈ ਜਿਹੜਾ ਹਾਂਜੀ ਜਿਹੜਾ ਉਹਨਾਂ ਨੂੰ ਮਿਲਿਆ ਹੋਇਆ ਉਹਦੇ ਅਨੁਸਾਰ ਚੱਲਣਾ ਉਹਦੇ ਅਕੋਰਡਿੰਗ ਦਾ ਹੀ ਪਿੱਛੇ ਜਾਣਾ ਪੈਣਾ ਹੈ ਤੇ ਜਿਹੜਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹੈ ਜਿਹੜੀ ਉਹ ਅੱਗੇ ਨੂੰ ਜਾਊਗੀ ਠੀਕ ਹੈ ਜੀ ਜਿੰਨਾ ਜੋ 32 ਕਿਸਾਨ ਜਿਹੜੇ ਦਾ ਸੰਯੁਕਤ ਮੋਰਚਾ ਕਹਿਣਗੇ ਸੰਯੁਕਤ ਮੋਰਚਾ ਕਹੂਗਾ ਆਪਾਂ ਉਧਰ ਜਾਵਾਂਗੇ ਠੀਕ ਹੈ ਸੋ ਇੱਧਰਲੇ ਪਾਸੇ ਜਿਹੜਾ ਹੈਗਾ ਹੁਣ ਇੱਕ ਉਹ ਰੱਬਾ ਕੀ ਗਾਲ ਨੂੰ ਕੀ ਕੱਢ ਕੇ ਲੈ ਉੱਤੇ ਚੜਾਈ ਆਉਂਦੇ ਆ ਜਦੋਂ ਸਿਆਪੇ ਨੂੰ ਖੜੇ ਆ ਉਹ ਰੇਸ਼ਾ ਤਾਂ ਇੱਥੇ ਵੱਜ ਰਹੀਆਂ ਇਹਦਾ ਸਮਾਂ ਦੱਸੂ ਤੜਕੇ 8 ਵਜੇ ਦਾ ਵੀ ਕਿੱਧਰੋਂ ਵੀ ਕੀ ਜਿਹੜੇ ਹੈਗੇ ਨੌਜਵਾਨ ਅੱਗੇ ਨੂੰ ਜਾਣਗੇ ਤੇ ਜਾਂ ਫਿਰ ਪਿੱਛੇ ਨੂੰ ਜਾਣਗੇ ਪਰ ਜਿਹੜੇ ਹਿਸਾਬ ਨਾਲ ਟਰੈਕਟਰ ਬੀੜੀ ਜਾਂਦੇ ਆ ਉਹ ਹਿਸਾਬ ਨਾਲ ਤਾਂ ਇੱਥੇ ਖੜੇ ਆ ਮੂੰਹ ਤਾਂ ਇੱਧਰ ਨੂੰ ਆ ਜੇ ਇੱਧਰ ਨੂੰ ਗਏ ਤਾਂ ਉਹ ਨਹੀਂ ਕੱਢਦਾ ਗਾਲ ਯਾਰ ਬਹੁਤ ਔਖਾ ਹੋ ਗਿਆ ਸੀ ਉਹ ਤਾਂ ਮੈਂ ਸੋ ਆਪਾਂ ਗੱਲ ਕਰੀਏ ਜੇਕਰ ਟਰੈਕਟਰ ਇੱਥੇ ਲਗਾ ਦਿੱਤੇ ਗਏ ਜੇ ਇੱਥੇ ਟਰੈਕਟਰ ਲਾਉਣ ਦਾ ਮਤਲਬ ਇਹ ਅੱਗੇ ਨੂੰ ਜਾਇਆ ਜਾਣਾ ਜੇ ਅੱਗੇ ਨੂੰ ਜਾਣਗੇ ਤਾਂ ਜਿਹੜਾ ਕਿਸਾਨ ਸੰਘਰਸ਼ ਕਮੇਟੀ ਵਾਲਾ ਵੀ ਹੋ ਜਾਣਾ ਅਸਲ ਦੇ ਵਿੱਚ ਤੁਹਾਨੂੰ ਮੈਂ 2-3 ਚੀਜ਼ਾਂ ਦੱਸ ਦਿਆਂ ਕਿ ਜਿੱਥੋਂ ਚੱਲਣਾ ਉੱਥੋਂ ਦਾ ਸ਼ਾਇਦ ਹੋ ਜਾਣ ਬੈਰੀਅਰ ਪਰੇ ਪਰ ਜਿੱਥੋਂ ਮੈਂ ਦੁਪਹਿਰੇ ਲਾਈਵ ਹੋਇਆ ਸੀ ਦੇਖਿਆ ਭਾਵੇਂ ਘੱਟ ਹੈ ਕਿਉਂਕਿ ਮੈਂ ਸਿਰਫ ਇੱਕ ਦੇਖਣ ਹੀ ਗਿਆ ਸੀਗਾ ਵੀ ਰਾਹ ਦੇ ਵਿੱਚ ਕਿਹੜੇ ਕਿਹੜੇ ਪਾਸੇ ਕੀ ਲੱਗਿਆ ਹੋਇਆ ਕਿਉਂਕਿ ਕੱਲ੍ਹ ਨੂੰ ਲਾਈਵ ਕਰਨਾ ਹੈ ਨਾ ਤਾਂ ਗਾਂਹ ਜਾ ਕੇ ਜਦੋਂ ਇੱਥੋਂ 15 ਕਿਲੋਮੀਟਰ ਜਾਣਗੇ ਤਾਂ ਉੱਥੇ ਬਹੁਤ ਵੱਡੀ ਬੈਰੀਕੇਡਿੰਗ ਇਸ ਤਰ੍ਹਾਂ ਦੀ ਹੈ ਉਸ ਤਰ੍ਹਾਂ ਗੱਡੇ ਹੋਏ ਆ ਘੋੜੇ ਬੰਨੇ ਹੋਏ ਆ ਸਵੇਰ ਦੀਆਂ ਤਿਆਰੀਆਂ ਹੈਗਾ ਜਿਹੜਾ ਹੈਗਾ ਦਿੱਲੀ ਦੇ ਅੰਦਰ ਜਾਣ ਦਾ ਮਨ ਬਣਾ ਲਿਆ ਕਿਉਂਕਿ ਲੋਕਾਂ ਦਾ ਬਹੁਤ ਪ੍ਰੈਸ਼ਰ ਆ ਕੇ ਦਿੱਲੀ ਦੇ ਅੰਦਰ ਹੀ ਜਾਣਾ ਜਿਹੜੇ ਗੁਰਪ੍ਰੀਤ ਕੋਟ ਲਾਈਵ
ਸੋ ਇੱਥੇ ਮੈਂ ਹੁਣ ਅੰਦਰ ਆਇਆ ਕਿਸਾਨ ਮੋਰਚੇ ਦੀ ਸੰਘਰਸ਼ ਦੀ ਕਮੇਟੀ ਕੀ ਇੱਥੇ ਹੋਣਾ ਲਗਾਤਾਰ ਇੱਕ ਤਰ੍ਹਾਂ ਦੀ ਤਕਰਾਰਾਂ ਚੱਲ ਰਹੀਆਂ ਇਸ ਵਕਤ ਨੌਜਵਾਨਾਂ ਨੇ ਇੱਥੇ ਵੀ ਘੇਰਾ ਪਾਇਆ ਹੋਇਆ ਸਟੇਜ ਨੂੰ ਕੀ ਮਾੜਾ ਆ ਬਾਈ ਬਾਈ ਬਣ ਕੇ ਮਾੜਾ ਲਾਈਵ ਕਰਨਾ ਬਾਈ ਬਣ ਕੇ ਬਾਈ ਮਾੜਾ ਆ ਬਾਈ ਬਾਈ ਮਾੜਾ ਆ ਬਾਈ ਮਾੜਾ ਆ।